بسم اللہ الرحمن الرحیم السلام علیکم دوستو بارو وی دا تے ایجول مول ناو تے چلو ٹی وی دے تے ٹاک شو وغیرہ دیکھ کے گزارا کر لیتا ٹھیک ہے پہلا فلمیں ویکھی دیاں سان انڈیا دیاں لیکن جدوں دا انہاں کو عیش کرنے شروع کر دتے وچ جناب پاکستان دے خلاف ہوئی ہاں یہ دوسرے تیسرے اس طرح دے تے ਫਿਲਮਾਂ ਤੇ ਚੁੱਕਣੀਆਂ ਹੀ ਤਕਰੀਬਨ 15-20 ਸਾਲ ਹੋ ਗਏ ਨੇ ਵੇਖੜੀਆਂ ਛੱਡ ਦਿੱਤੀਆਂ ਨੇ ਠੀਕ ਹੈ ਜੀ ਉਹਨਾਂ ਟਾਕ ਸ਼ੋਅ ਹੀ ਨੇ ਤੇ ਅੱਜ ਕੱਲ ਟਾਕ ਸ਼ੋਅ ਦੇ ਉੱਤੇ ਕੀ ਚੱਲ ਰਿਹਾ ਸਾਰੀ ਜ਼ਿੰਦਗੀ 50 ਸਾਲ ਉਮਰ ਹੋ ਗਈ ਹੈ ਸਾਰੀ ਜ਼ਿੰਦਗੀ ਵੇਖਿਆ ਸੀ ਯਕੀਨ ਕਰੋ ਇੱਕੀ ਦੁਕੀ ਤੇ ਕੇਸ ਹੋ ਜਾਣਾ ਵੱਖਰੀ ਗੱਲ ਹੈ ਤੇ ਲੇਕਿਨ ਸਾਰੀ ਜ਼ਿੰਦਗੀ ਇਹ ਜਨਾਬ ਨਿਊਟਰਲ ਨੂੰ ਦੁਆਵਾਂ ਲੋਕੀ ਹੱਥ ਚੁੱਕ ਚੁੱਕ ਕੇ ਦੁਆਵਾਂ ਦਿੰਦੇ ਸਨ ਉਹਨਾਂ ਦੇ ਨਾਲ ਲੜਨੇ ਮਰਨੇ ਵਾਤੇ ਤਿਆਰ ਰਹਿੰਦੇ ਸਨ ਤੇ ਹੁਣ ਇੰਨੀ ਗਾਲ ਪੈ ਰਹੀਏ ਨਿਊਟਰਲ ਨੂੰ ਇੰਨੀ ਗਾਲ ਪੈ ਰਹੀਏ ਕਿ ਬੰਦਾ ਸੋਚ ਨਹੀਂ ਸਕਦਾ ਇਹ ਪਹਿਲੀ ਦਫਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ 50 ਸਾਲਾਂ ਜ਼ਿੰਦਗੀ ਚ ਪਹਿਲੀ ਦਫਾ ਇਤਨੀ ਜ਼ਿਆਦਾ ਗਾਲਮ ਗਲੋਚ ਨਿਊਟਰਲ ਨੂੰ ਪੈਂਦੇ ਆ ਸੁਣੀ ਹੈ ਠੀਕ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਮੁਲਕ ਦੇ ਬਾਰੇ ਚ ਲੋਕੀ ਯਕੀਨ ਕਰ ਖੁੱਲੇ ਡਿਲੇ ਹੋ ਕੇ ਗਾਲਾਂ ਕੱਢ ਰਹੇ ਨੇ ਇਹ ਮੇਰੇ ਤੇ ਨੀਕੇ نیٹ ਖੋਲੋ ਤੇ ਵੇਖੋ ਬੰਦੇ ਕੀ ਕਰ ਰਹੇ ਨੇ ਹੁਣ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ سارے ਐਸਹਾਰਾਂ ਦੇ ਬੰਦੇ ਆ ਗਏ ਨੇ ਜਿਹੜੇ ਖੁੱਲੇ ਡੁੱਲੇ ਹੋ ਕੇ ਗੱਲਾਂ ਨੂੰ ਜਨਾਬ ਲੈਣ ਲਾ ਕੇ ਨਿਊਟਰਲ ਨੂੰ ਗੱਲਾਂ ਕੱਢ ਰਹੇ ਨੇ ਤੇ ਨਿਊਟਰਲ ਅਸੀਂ ਐਸੇ ਵੀ ਤੁਹਾਡੇ ਨਾਲ ਆ ਮੈਂ ਤੇ ਕਮਜ਼ ਕੰਮ ਠੀਕ ਹੈ ਬਜਾਏ ਬੰਦੇ ਗੱਲਾਂ ਕੱਢ ਰਹੇ ਨੇ ਫੇਰ ਵੀ ਤੁਹਾਡੇ ਨਾਲ ਆ ਤੇ ਖੁਦਾ ਦਾ ਵਾਸਤਾ ਜੇ ਯਾਸ਼ੀਆਂ ਹੁੰਦੀਆਂ ਰਹਿਣਗੀਆਂ ਤੁਹਾਡੀਆਂ ਕਿਦਰੇ ਨਹੀਂ ਜਾਂਦੀਆਂ ਲੇਕਿਨ ਮੁਲਕ ਦੇ ਬਾਰੇ ਕੁਝ ਸੋਚੋ ਬੰਦੇ ਮਾਰ ਚੱਲੇ ਨੇ ਭੁੱਖੇ ਮਾਰ ਚੱਲੇ ਨੇ ਦੁਨੀਆ ਤੇ ਯਕੀਨ ਕਰੋ ਇਸ ਹਾਰਾ ਕੁਝ ਇੱਥੇ ਰਹਿ ਜਾਣਾ ਜੇ ਜੇ ਤੁਸੀਂ ਤੁਹਾਡਾ ਸਾਥ ਆਵਾਮ ਨੇ ਨਾ ਦਿੱਤਾ ਤੇ ਤੁਸੀਂ ਵੀ ਲੜਨ ਜੋਗੇ ਕੋਈ ਨਹੀਂ ਹੈ ਠੀਕ ਹੈ ਤੁਸੀਂ ਵੀ ਤਾਂ ਹੀ ਲੜਨ ਜੋਗੇ ਜੇ ਆਵਾਮ ਸਾਥ ਦੇਤੇ ਠੀਕ ਹੈ ਤੇ ਆਵਾਮ ਕੋਲੋਂ ਗਾਲਾਂ ਨਾ ਖਾਓ ਜਿਹੜੇ ਬੰਦੇ ਤੁਹਾਡੇ ਤੇ ਯਕੀਨ ਕਰੋ ਬੜੇ ਐਸਰੇ ਅਸਰਾਂ ਦੇ ਬੰਦੇ ਨੇ ਜਿਹੜੇ ਤੁਹਾਡੇ ਤੇ ਨਾ ਫਦਾ ਉਹਨੂੰ ਤਿਆਰ ਫਿਰਦੇ ਨੇ ਤੇ ਉਹਨਾਂ ਬੰਦਿਆਂ ਦੇ ਵਾਸਤੇ ਜੇ ਬੰਦੇ ਦੇ ਪੁੱਤਰ ਬਣੋ ਠੀਕ ਹੈ ਜੀ ਤੇ ਮੈਂ ਤੇ ਇਹ ਤੇ ਜਾ ਹੀ ਕਰ ਸਕਣਾ న్యూਟਰ ਲੱਗਿਆ ਕਿਉਂਕਿ ਮੈਂ ਤੇ ਇੰਨੇ ਜੋਗਾ ਨਹੀਂ ਕਿ ਕੋਈ ਗਾਲ ਮਾਲ ਲੀਏ ਉਹ ਕੱਢ ਸਕਾਂ ਤੇ ਤੇ ਜਾ ਤੇ ਕਰ ਸਕਣਾ ਨਾ ਤੇ ਨਜ਼ਰੀ ਇਹ ਹੀ ਆ ਰਿਹਾ ਕਿ ਉਹਨਾਂ ਤੋਂ ਬਿਨਾਂ ਉਹ ਨਹੀਂ ਸਕਦਾ ਹਾਂਜੀ ਇਹ ਜਿਹੜਾ ਕੰਮ ਹੋ ਰਿਹਾ ਉਹਨਾਂ ਤੋਂ ਬਿਨਾਂ ਹੋ ਨਹੀਂ ਸਕਦਾ ਨਜ਼ਰ ਤੇ ਆ ਰਿਹਾ ਤੇ ਇਸ ਗੱਲੇ ਅੱਲਾਹ ਪਾਕ ਦਾ ਵਾਸਤਾ ਜੇ ਜਿਹਨੂੰ ਮੰਨਦੇ ਉਹਦਾ ਵਾਸਤਾ ਜੇ ਠੀਕ ਹੈ ਤੇ ਮੁਲਕ ਦਾ ਆਪਣੇ ਦਾ ਜਿਹੜਾ ਜਿਹਨਾਂ ਨੁਕਸਾਨ ਨਾ ਕਰੋ ਵਾਮ ਖੁਸ਼ਹਾਲ ਹੋਵੇਗੀ ਤੇ ਤੁਹਾਨੂੰ ਉਂਜੀ ਨਹੀਂ ਪੁੱਛਦੀ ਕੋਈ ਠੀਕ ਹੈ ਤੇ ਗਰੀਬ ਰ ਅਗਰ ਰਾਜ ਕੇ ਰੋਟੀ ਖਾ ਲੈਣਗੇ ਤੇ ਇਹਦੇ ਚ ਮਾੜੀ ਗੱਲ ਕੋਈ ਨਹੀਂ ਐ ਅੱਲਾ ਦਾ ਵਾਸਤਾ ਜੇ ਮੁਲਕ ਦਾ ਸੋਚੋ ਤੇ ਇਹ ਛੱਡ ਦਿਓ ਇਹ ਜਿਹੜੇ ਬੰਦੇ ਅੱਗੇ ਆਏ ਨੇ ਇਹਨਾਂ ਨੂੰ ਹਾਂਜੀ ਤੇ ਅੱਲਾ ਸਾਰਿਆਂ ਦੀ ਤੁਹਾਡੇ ਨਿਊਟਰਲ ਨੂੰ ਤੁਹਾਨੂੰ ਔਰ ਜਲਾਪਾ ਕਾਮਯਾਬ ਕਰੇ ਤੇ ਬਹਰਾਲ خیال ਕਰੋ ਥੋੜਾ ਬੜੀ ਦੁਨੀਆ ਤੁਹਾਨੂੰ ਗਾਲਾਂ ਵੀ ਕੱਢ ਦੀ ਜੇ ਔਰ ਇੰਜ ਜਿੰਦੀਆਂ ਵੀ ਕੱਢ ਦੀ ਜੇ ਤੁਸੀਂ ਸੋਚ ਨਹੀਂ ਸਕਦੇ ਤੇ ਬੱਚੋ ਗਾਲਾਂ ਤੋਂ ਵੱਦਵਾਵਾ ਵੱਦਵਾਵਾ ਦੇਣ ਵਾਲੇ ਗਰੀਬ ਵਿਚਾਰੇ ਤੇ ਅੰਜ ਵੱਦਵਾਵਾ ਦੇ ਰਹੇ ਨੇ ਨਾ ਸੋਸ਼ਲ ਮੀਡੀਆ ਖੋਲਣ ਦੀ ਦੇਰ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਏਗਾ ਚਲੋ ਟਾਕ ਸ਼ੋਅ ਦੇ ਉੱਤੇ ਤੇ ਨਹੀਂ ਇੰਨਾ ਧੂੜ ਪਟੀ ਰਹੀ ਉਹ ਦੱਬੇ ਲਫ਼ਜ਼ਾਂ ਚ ਕਹਿੰਦੇ ਨੇ ਮੇਰੀ ਤਰ੍ਹਾਂ ਤੇ ਬਾਰੇ ਸੋਸ਼ਲ ਮੀਡੀਆ ਤੇ ਤੇ ਬੰਦੇ ਬਿਲਕੁਲ ਨੰਗੀਆਂ ਗਾਲਾਂ ਤੇ ਵੱਦਵਾਵਾ ਨੰਗੀਆਂ ਵੱਦਵਾਵਾ ਤੁਹਾਨੂੰ ਦੇ ਰਹੇ ਨੇ ਅੱਲਾ ਦਾ ਵਾਸਤਾ ਜੇ ਕੁਝ ਸੋਚੋ ਤੇ ਗ੍ਰਾਮ ਕਰੋ ਸਾਰਿਆਂ ਦੇ ਉੱਤੇ ਓਕੇ ਜੀ ਜੇ ਮੇਰੀ ਕੋਈ ਗੱਲ ਕਿਸੇ ਨਿਊਟਰਲ ਭਰਾ ਨੂੰ ਬੁਰੀ ਚੰਗੀ ਲੱਗ ਗਈ ਹੋਵੇ ਤੇ ਸੌਰੀ ਕਹਿਨਾ ਮੈਂ ਠੀਕ ਹੈ ਜੀ ਤੇ ਮਾਜ਼ਰਤ ਚਾਹਨਾ ਮੈਂ ਸਾਰੇ ਮਨ ਮੇਰੀ ਤਰਫੋਂ ਅੱਲਾ ਪਾਕ ਖੁਸ਼ ਰੱਖੇ ਜੀ ਓਕੇ ਜੀ ਅੱਲਾ ਹਫਿਜ਼ ਖੁਦਾ